ਭਾਰਤ ਨੇ ਪਾਕਿਸਤਾਨ ਵਿਰੁੱਧ 50-50 ਵਰਲਡ ਕੱਪ ਵਿੱਚ ਹੁਣ ਤੱਕ ਕੋਈ ਵੀ ਮੈਚ ਨਾ ਹਾਰਨ ਦਾ ਰਿਕਾਰਡ ਬਣਾਇਆ ਹੋਇਆ ਹੈ। ਭਾਰਤ ਪਾਕਿਸਤਾਨ ਵਿਚਕਾਰ ਵਰਲਡ ਕੱਪ 50-50 ਵਿੱਚ ਹੁਣ ਤੱਕ 7 ਮੁਕਾਬਲੇ ਹੋਏ ਹਨ, ਜਿਨ੍ਹਾਂ ਵਿੱਚ ਭਾਰਤੀ ਟੀਮ ਨੇ ਜਿੱਤ ਪ੍ਰਾਪਤ ਕੀਤੀ ਹੈ। ਹੁਣ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੇ ਇਸ ਬਾਰੇ ਬੋਲਦਿਆਂ ਆਖਿਆ ਕਿ ਪਿਛਲਾ ਰਿਕਾਰਡ ਕੁਝ ਵੀ ਹੋ ਸਕਦਾ ਹੈ, ਪਰ 2023 ਵਰਲਡ ਕੱਪ ਵਿੱਚ ਕੀ ਹੋਵੇਗਾ ਇਹ ਤਾਂ ਹੁਣ ਵਾਲਾ ਮੈਚ ਹੀ ਦੱਸੇਗਾ। ਵਰਲਡ ਕੱਪ 2023 ਦੇ ਭਾਰਤ ਪਾਕਿਸਤਾਨ ਵਿਚਾਲੇ ਹੋਣ ਵਾਲੇ ਮੈਚ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਭਾਰਤੀ ਟੀਮ ਦੇ ਸਟਾਰ ਖਿਡਾਰੀ ਸੁਭਮਨ ਗਿੱਲ ਡੇਂਗੂ ਕਰਕੇ ਪਹਿਲੇ 2 ਮੈਚ ਨਹੀਂ ਖੇਡ ਸਕੇ ਸਨ। ਹੁਣ ਪਾਕਿਸਤਾਨ ਨਾਲ ਹੋਣ ਵਾਲੇ ਮੈਚ ਤੋਂ ਪਹਿਲਾਂ ਸਟਾਰ ਕ੍ਰਿਕਟਰ ਯੁਵਰਾਜ ਸਿੰਘ ਨੇ ਸੁਭਮਨ ਗਿੱਲ ਨੂੰ ਫੋਨ ਕਰਕੇ ਆਖਿਆ ਕਿ ਉਸਨੇ ਵੀ ਡੇਂਗੂ ਅਤੇ ਕੈਂਸਰ ਹੁੰਦੇ ਹੋਏ ਵੀ ਮੈਚ ਖੇਡੇ ਹਨ। ਨਾਲ ਹੀ ਯੁਵਰਾਜ ਸਿੰਘ ਨੇ ਆਖਿਆ ਕਿ ਤਕੜਾ ਹੋ ਅਤੇ ਮੈਚ ਖੇਡ। ਹੁਣ ਦੇਖਣਾ ਹੋਵੇਗਾ ਕਿ ਸੁਭਮਨ ਗਿੱਲ ਮੈਚ ਲਈ ਫਿੱਟ ਹੁੰਦਾ ਹੈ ਜਾਂ ਨਹੀਂ।